कबीर जी कहिंदे भी साकत जिहड़ा उह लसन वर्गा है, तुसीं इह मत कहना भी मैनूं की फर्क पैंदा है, मैं भावें शराबी कोल बैठा रहां भावें कबाबी कोल भावें मनमुख कोल मैं तां ठीक रहिणा। कहिण लगे नहीं, साकत दे कोल जदों तूं बहेगा ना ਉਹ ਇਸ ਤਰ੍ਹਾਂ ਦੀ ਹਾਲਾਤ ਹੋਵੇਗੀ ਜਿਸ ਬੰਦੇ ਨੇ ਥੂਮ ਖਾਧਾ ਜਿਹਨੇ ਲਸਣ ਖਾਧਾ ਨਾ ਆਪਣੇ ਮੂੰਹ ਵਿੱਚ ਪਾ ਕੇ, ਜੈਸੀ ਲਸਣ ਕੀ ਖਾਨ। ਕਹਿਣ ਲੱਗੇ ਕੋਨੇ ਬੈਠੇ ਖਾਈਏ, ਭਾਵੇਂ ਲੁੱਕ ਕੇ ਖਾ ਲਓ ਲਸਣ, ਪ੍ਰਗਟ ਹੋਏ ਨਿਦਾਨ। ਨਿਦਾਨ ਦਾ ਅਰਥ ਅਖੀਰ ਨੂੰ, ਜਿਹੜੀ ਸਾਕਤ ਦੀ ਸੰਗਤ ਤੇ ਅਖੀਰ ਨੂੰ ਕਿਤੇ ਨਾ ਕਿਤੇ ਪ੍ਰਗਟ ਜ਼ਰੂਰ ਹੋ ਜਾਏਗੀ। ਇਸ ਕਰਕੇ ਗੁਰਮਤਿ ਵਿੱਚ ਸਾਕਤ ਦੀ ਸੰਗਤ ਨੂੰ ਨਿਸ਼ੇਧ ਕੀਤਾ ਗਿਆ। ਸਤਿਗੁਰੂ ਨੇ ਇੱਥੋਂ ਤੱਕ ਕਿਹਾ ਸਾਕਤ ਦਾ ਅਰਥ ਹੈ ਟੁੱਟਿਆ ਹੋਇਆ। ਇਸ ਲਈ ਅੱਜ ਕੱਲ੍ਹ ਸਾਡੇ ਕੋਲ ਸਵਾਲਾਂ ਜਵਾਬਾਂ ਦੇ ਬੜੇ ਅੰਬਾਰ ਲੱਗੇ ਹੋਏ ਨੇ, ਕਿਉਂ? ਅਸੀਂ ਟੁੱਟਿਆ ਹੋਇਆਂ ਦੀਆਂ ਗੱਲਾਂ ਸੁਣ ਲਈ। ਗੁਰੂ ਸਾਹਿਬ ਨੇ ਕਿਹਾ ਵੀ ਇਹ ਐਸਾ ਡੰਗ ਮਾਰ ਜਾਂਦੇ ਨੀ, ਪਰਤ ਕੇ ਦਰਦ ਨਹੀਂ ਜਾਂਦੀ ਭਾਵੇਂ ਕਿੰਨੀਆਂ ਪੱਟੀਆਂ ਕਰਾਈ। ਇੱਕ ਵਾਰੀ ਸ਼ਰਧਾ ਤੋੜ ਦਿੱਤੀ ਨਾ, ਹਿਲਾ ਦਿੱਤੀ ਅੰਦਰ। ਜੇ ਤੇ ਕਿਤੋਂ ਟਾਈਮ ਨਾਲ ਮੁੜ ਗਿਆ ਤੇ ਠੀਕ ਹੈ, ਨਹੀਂ ਤੇ ਸਾਕਤ ਆਪ ਬੇਵਿਸ਼ਵਾਸ ਹੈ ਤੇ ਉਹਦੀ ਨਿਸ਼ਾਨੀ ਤੇਰੇ ਅੰਦਰ ਬੇਵਿਸ਼ਵਾਸੀ ਪੈਦਾ ਕਰੇਗਾ। ਇਹ ਇੱਕ ਬੜਾ ਵੱਡਾ ਤਰੀਕਾ ਹੁੰਦਾ ਹੈ। ਕਿਸੇ ਕੌਮ ਨੂੰ ਖਤਮ ਕਰਨਾ ਹੋਵੇ, ਉਹਦੇ ਵਿੱਚ ਅਫਰਾ ਤਫਰੀ ਦੀ ਹਾਲਤ ਪੈਦਾ ਕੀਤੀ ਜਾਂਦੀ। ਕਿਸੇ ਘਰ ਨੂੰ ਤੋੜਨਾ ਹੋਵੇ ਨਾ, ਤੁਸੀਂ ਵੇਖਿਆ ਹੋਣਾ ਆਮ ਘਰਾਂ ਵਿੱਚ ਬਰਾਦਰੀ ਵਿੱਚ ਸ਼ਰੀਕੇ ਵਿੱਚ ਚੱਲਦਾ ਹੈ, ਜਦੋਂ ਕਿਸੇ ਘਰ ਨੂੰ ਤੋੜਨਾ ਹੋਵੇ ਤਰੀਕਾ ਹੁੰਦਾ ਵੀ ਸਾਰੇ ਜੀਆਂ ਵਿੱਚ ਬੇਵਿਸ਼ਵਾਸੀ ਪੈਦਾ ਕਰ ਦਿਓ ਵੀ ਉਹ ਤੇਰਾ ਬੜਾ ਬੁਰਾ ਸੋਚਦੇ। ਉਹਨੇ ਆਹ ਕਿਹਾ, ਉਹਦੇ ਵਿੱਚ ਜਦੋਂ ਬੇਵਿਸ਼ਵਾਸੀ ਹੋ ਜਾਏਗੀ ਉਹਨੂੰ ਖਤਮ ਕਰਨ ਦੀ ਲੋੜ ਨਹੀਂ, ਉਹਨੂੰ ਆਪੇ ਖਤਮ ਹੋ ਜਾਣਾ। ਇਸ ਕਰਕੇ ਸਾਕਤ ਦੀ ਸੰਗਤ ਤੋਂ ਸਤਿਗੁਰੂ ਨੇ ਵਿਵਰਜਿਤ ਕੀਤਾ, ਰੋਕਿਆ ਹੈ।